ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਅੱਜ ਆਪਾਂ ਪਹੁੰਚ ਗਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਕਿਸਾਨ ਮੇਲੇ ਦਾ ਦੂਜਾ ਦਿਨ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਮੇਲਾ ਘੁਮਾਵਾਂਗੇ ਅਤੇ ਵੀਡੀਓ ਬਣਾ ਰਹੇ ਹਾਂ ਮੇਲੇ 'ਤੇ ਆ ਕੇ। ਬਲੌਗ ਨੰਬਰ 3 ਪਹਿਲੇ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕੀਤਾ, ਪਸੰਦ ਕੀਤਾ, ਸ਼ੇਅਰ ਕੀਤਾ। ਉਮੀਦ ਕਰਦਾ ਕਿ ਤੁਸੀਂ ਇਹਨੂੰ ਵੀ ਬਹੁਤ ਜ਼ਿਆਦਾ ਪਸੰਦ ਕਰੋਗੇ ਅਤੇ ਆਪਣੇ ਯਾਰਾਂ ਦੋਸਤਾਂ 'ਚ, ਕਿਸਾਨ ਭਰਾਵਾਂ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਚਲੋ ਬਾਕੀ ਮਿਲਦੇ ਹਾਂ ਅੱਗੇ। ਸੋ ਕਿਸਾਨ ਮੇਲੇ ਦੇ ਵਿੱਚ ਇੱਕ ਸਰਪ੍ਰਾਈਜ਼ ਮੈਨੂੰ ਮਿਲ ਗਿਆ, ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਉਣਾ ਚਾਹੂੰਗਾ। ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ। ਓ ਕੀ ਹਾਲ ਹੈ? ਕੀ ਹਾਲ ਹੈ? ਵਧੀਆ ਵਧੀਆ। ਤੁਸੀਂ ਤਾਂ ਫਿਰ ਮੈਂ ਅੱਜ ਇੱਥੇ ਆ ਵੀਡੀਓ ਬਣਾ ਰਿਹਾ, ਡਿਊਟੀ ਤਾਂ ਹੈਗੀ ਸੀਗੀ, ਅੱਜ ਛੁੱਟੀ ਸੀਗੀ ਤਾਂ ਵੀਡੀਓ ਬਣਾ ਰਿਹਾ ਡਿਊਟੀ। ਮੈਂ ਤੈਂਕ ਤਰੋਂ ਦੇਖ ਲਿਆ ਮੈਨੂੰ ਬਸ ਯਾਰ, ਰਮਜ਼ਾਂ ਇਸ਼ਕ ਦੀਆਂ ਇਹ ਦਿਲ ਮਿਲਿਆਂ ਦੀਆਂ ਬਾਤਾਂ। ਹੋਰ ਸੁਣਾ, ਬੜੇ ਸਾਲਾਂ ਬਾਅਦ ਮਿਲਿਆ, ਤੁਸੀਂ ਕਿਵੇਂ ਆਏ? ਬਸ ਐਗਰੀਕਲਚਰ ਯੂਨੀਵਰਸਿਟੀ ਮੇਲਾ ਦੇਖਣ ਆਏ ਹਾਂ। ਅੱਛਾ, ਚਲੋ ਠੀਕ ਹੈ ਫਿਰ। ਚਲੋ ਠੀਕ ਹੈ, ਓਕੇ, ਥੈਂਕ ਯੂ, ਬਹੁਤ ਵਧੀਆ ਲੱਗਿਆ। ਸੋ ਦੋਸਤੋ, ਸਭ ਤੋਂ ਪਹਿਲਾਂ ਮੈਂ ਪਹੁੰਚ ਚੁੱਕਿਆ ਆਪਣੇ ਲੀਗਲ ਅਥਾਰਟੀ ਦੇ ਕੈਂਪ 'ਤੇ। ਮੇਰਾ ਵੀਰ ਅਮਰਜੋਤ ਇਸ ਟਾਈਮ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਲੀਗਲ ਏਡ ਬਾਰੇ। ਕੀ ਹਾਲ ਹੈ ਜੀ? ਵਧੀਆ ਜੀ, ਵਧੀਆ ਸਰ। ਕਿਵੇਂ ਹੋ? ਵਧੀਆ ਜੀ, ਠੀਕ ਠਾਕ, ਵਧੀਆ। ਇਸ ਟਾਈਮ ਆਪਣੀ ਵੀਡੀਓ ਚੱਲ ਰਹੀ ਹੈ ਅਤੇ ਕੰਮ ਕਿਵੇਂ ਹੈ? ਕੰਮ ਸਰ ਪੂਰਾ ਵਧੀਆ ਵਧੀਆ ਚੱਲ ਰਿਹਾ ਪੂਰਾ ਜੀ। ਸੋ ਦੋਸਤੋ, ਇਸ ਟਾਈਮ ਆਪਣਾ ਲੀਗਲ ਅਥਾਰਟੀ ਦਾ ਕੈਂਪ, ਉੱਥੇ ਪਹੁੰਚ ਗਏ ਸਭ ਤੋਂ ਪਹਿਲਾਂ ਅਤੇ ਮੇਰਾ ਵੀਰ ਅਮਰਜੋਤ ਉੱਥੇ ਪਹਿਲਾਂ ਹੀ ਡਿਊਟੀ 'ਤੇ ਹਾਜ਼ਰ ਸੀਗਾ। ਚਲੋ ਅਮਰਜੋਤ, ਬਾਕੀ ਐਡਵੋਕੇਟ ਸਾਹਿਬ ਆਏ ਹੋਏ ਨੇ, ਐਡਵੋਕੇਟ ਸਾਹਿਬ, ਪੀਐਲਬੀ, ਬਕਾਇਦਾ ਸਾਰੇ ਆਏ ਹੋਏ ਆ ਸਰ। ਅੱਛਾ, ਅਤੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜਿਵੇਂ ਆਪਾਂ ਦੇਖ ਰਹੇ ਹਾਂ, ਪਬਲਿਕ ਆ ਰਹੀ ਆ ਅਤੇ ਕਾਫੀ ਸੰਖਿਆ ਵਿੱਚ ਲੋਕ ਇੱਥੇ ਜੁੜ ਰਹੇ ਨੇ ਅਤੇ ਫ੍ਰੀ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਲੈ ਰਹੇ ਆ ਜੀ। ਚਲੋ ਥੈਂਕ ਯੂ ਭਾਈ, ਬਹੁਤ ਵਧੀਆ ਕਰ ਰਹੇ ਹੋ ਤੁਸੀਂ। ਮੇਰੇ ਵੀਰੋ, ਮੇਰੇ ਵੀਰ ਤਰਨਪ੍ਰੀਤ ਸਿੰਘ ਮੇਲੇ ਦਾ ਪੂਰਾ ਆਨੰਦ ਲੈ ਰਹੇ ਸੀ ਅਤੇ ਜਦੋਂ ਅਸੀਂ ਬਲੱਡ ਡੋਨੇਟ ਵਾਲੀ ਕੈਂਪ ਵਿੱਚ ਸ਼ੂਟ ਕਰਨ ਗਏ ਤਾਂ ਉੱਥੇ ਜਾ ਕੇ ਮੇਰੇ ਵੀਰ ਦੇ ਮਨ ਦੇ ਵਿੱਚ ਵੀ ਖਿਆਲ ਆਇਆ ਕਿ ਕਿਉਂ ਨਾ ਅਸੀਂ ਜਾ ਕੇ ਬਲੱਡ ਡੋਨੇਟ ਕਰੀਏ ਅਤੇ ਉੱਥੇ ਜਾ ਕੇ ਅਤੇ ਮੇਰੇ ਵੀਰ ਨੇ ਕਿਹਾ ਕਿ ਆਪਾਂ ਬਲੱਡ ਡੋਨੇਟ ਕਰਦੇ ਹਾਂ।